ਇਸ ਦੇ ਨਾਲ ਹੀ ਵਧਦੇ ਅਗਲੀ ਖਬਰ ਵੱਲ। ਨਾਨਕ ਸ਼ਾਹੀ ਕੈਲੰਡਰ ਮੁਤਾਬਿਕ ਸਿੱਖ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਵਾਂ ਸਾਲ ਮਨਾਇਆ। ਇਸ ਮੌਕੇ ਮੰਜੀ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਵੱਖ ਵੱਖ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਕੌਮ ਨੇ ਆਪਣੇ ਇਸ ਸੰਮਤ ਨੂੰ ਸਾਹਮਣੇ ਲਿਆਂਦਾ ਹੈ। ਨਾਨਕ ਸ਼ਾਹੀ ਕੈਲੰਡਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਛਪ ਚੁੱਕਾ ਹੈ ਹਰ ਸਾਲ ਦੀ ਤਰ੍ਹਾਂ, ਉਹਦੇ ਮੁਤਾਬਕ ਜੋ ਦਿਨ ਤਿਉਹਾਰ ਮਨਾਏ ਜਾਂਦੇ ਨੇ, ਜਿਵੇਂ ਹੋਰ ਕੌਮਾਂ ਆਪੋ ਆਪਣੇ ਸੰਨ ਸੰਮਤ ਮਨਾਉਂਦੀਆਂ ਹਨ, ਇਸ ਤਰ੍ਹਾਂ ਹੀ ਇਹ ਖਾਲਸਾ ਪੰਥ ਨੇ ਆਪਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ ਹੈ ਅਤੇ ਸਮੂਹ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਸੰਮਤ ਹੀ ਮਨਾਇਆ ਕਰੋ। ਹੋਰਨਾਂ ਸੰਮਤਾਂ ਦੇ ਸੰਨਾਂ ਦੇ ਸਮੇਂ 'ਤੇ ਸਾਨੂੰ ਵਧਾਈਆਂ ਦੇਣ ਦੀ ਲੋੜ ਨਹੀਂ। ਅਸੀਂ ਇਸ ਦਿਨ 'ਤੇ ਇੱਕ ਦੂਜੇ ਨੂੰ ਵਧਾਈਆਂ ਦਿਆ ਕਰੀਏ, ਖੁਸ਼ੀਆਂ ਮਨਾਇਆ ਕਰੀਏ। ਦਿਹਾੜੇ ਦੀ ਖੁਸ਼ੀ ਵਿੱਚ ਜੀ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਦੀਵਾਨ ਹਾਲ ਜਿੱਥੇ ਹਰ ਰੋਜ਼ ਕਥਾ ਹੁੰਦੀ ਹੈ, ਉਹ ਰਾਤ ਤੋਂ ਲਗਾਤਾਰ ਕੀਰਤਨ ਹੋਇਆ 2 ਵਜੇ ਤੱਕ, ਉਸ ਤੋਂ ਉਪਰੰਤ ਅੰਮ੍ਰਿਤ ਵੇਲੇ ਦੀ ਕਥਾ ਹੋਈ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਪਰਸੋਂ ਤੋਂ ਆਰੰਭ ਕੀਤੇ ਗਏ ਸਨ, ਉਹਨਾਂ ਦੇ ਹੁਣ ਭੋਗ ਪੈ ਕੇ ਸਮਾਪਤ।